ਹੱਸ ਲਾਂਗੇ ਹੋਕੇ ਭਰ ਲਾਂਗੇ ਕੌਫੀ ਨੂੰ ਗੋਲੀ ਮਾਰ ਕੁੜੇ ਆ ਜਾਈ ਚਾਹ ਧਰ ਲਾਂਗੇ ਆ ਜਾਈ ਚਾਹ ਧਰ ਲਾਂਗੇ ਆ ਜਾਈ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਮੁਕਤਸਰ ਵਾਲੇ ਸਾਰੇ ਮੁਕਤਸਰ ਮਾਘੀ ਦੇ ਮੇਲੇ ਤੇ ਵੱਧ ਤੋਂ ਵੱਧ ਪਹੁੰਚੋ ਤੇ ਮਤਲਬ ਚੱਲ ਰਿਹਾ ਜੇ ਖਤਮ ਹੋਇਆ ਨੀ ਹੋਣਾ ਠੀਕ ਹੈ ਮਾੜੀ ਜਿਹੀ ਲੈਟਰ ਸੈੱਟ ਜੀ ਮੈਂ ਵੀ ਕਰ ਲਾਂ ਬਹੁਤ ਰਿਕੁਐਸਟਾਂ ਆਈਆਂ ਸੀ ਵੀ ਤੁਸੀਂ ਗਾਲਾਂ ਕੱਢਦੇ ਜੇ ਚਲੋ ਛੱਡੋ ਯਾਰ ਬਰੋ ਅਸੀਂ ਬਰਬਾਦ ਕਰਨੇ ਆਉਂਦੇ ਹਾਂ ਕੀ ਕਹਿਣਾ ਹਾਂ ਉਹ ਗਾਲਾਂ ਬਣਾਉਣੀ ਬਾਅਦ ਚ ਨਹੀਂ ਲਿਆਵਾਂਗੇ ਪਹਿਲਾਂ ਆਪਾਂ ਕਰਨੇ ਰੋਸਟ ਦੀ ਸ਼ੁਰੂਆਤ ਅੱਜ ਦੀ ਰੋਸਟ ਉਹਨਾਂ ਲਈਏ ਉਹ ਨਾ ਮਰਾਦਾਂ ਲਈਏ ਨਾ ਉਹ ਉਹਨਾਂ ਵਾਸਤੇ ਨਾ ਨੱਲਾ ਜਿੰਨਾ ਕੁ ਸੁਮਕਣਾ ਆਪਾਂ ਠੀਕ ਹੈ ਇਹ ਨੱਲਾ ਸੁਮਕਣ ਵਾਲੀਆਂ ਬਿਮਾਰੀਆਂ ਐਡੀਆਂ ਭੈੜੀਆਂ ਨੇ ਨਾ ਇਹ ਆਪਣੇ ਜੜ੍ਹਾਂ 'ਚ ਐਡੀਆਂ ਕੋਈ ਬਹਿ ਚੁੱਕੀਆਂ ਨੇ ਨਾ ਅਤੇ ਪੰਜਾਬ ਦੀ ਜੜ੍ਹਾਂ 'ਚ ਕੱਲ੍ਹ ਨੂੰ ਇਹਨਾਂ ਨੇ ਇੰਨਾ ਬਹਿਣਾ ਨਾ ਆਹ ਸਭ ਤੋਂ ਪਹਿਲਾਂ ਨੱਲਾ ਸੁਮਕਣ ਵਾਲੀ ਬਿਮਾਰੀ ਦੀ ਤੁਹਾਨੂੰ ਮੈਂ ਵੀਡੀਓ ਵਿਖਾ ਕੇ ਲਿਆਉਣਾ ਇਹਨੇ ਦੱਸਿਆ ਹੋਇਆ ਕਿ ਇਹ ਬਰਾ ਕਿਵੇਂ ਪਾਉਣੀ ਦਾ ਦੱਸੋ ਜੀ ਇਹ ਆਹ ਐਡੀ ਘਟੀਆ ਜਨਾਨੀ ਯਾਰ ਸ਼ਰਮ ਕਰ ਸਾਲੀਏ ਵੀ ਤੂੰ ਫਿਰ ਦਿਲ ਕਰਦਾ ਤੁਹਾਡੀ ਬੈਠ ਨਾ ਨਾ ਜਿਹੜਾ ਨਿੱਕਾ ਚੁੱਥੜ ਕੋਟਾਸਨ ਕੀਤਾ ਜਾਵੇ ਮੈਂ ਕਹਿੰਦਾ ਚੁੱਥੜ ਕੋਟਾਸਨ ਕੀ ਕਰਨਾ ਚੱਲ ਆਹ ਵੇਖੋ ਵੀਡੀਓ 1 2 3 तो यार क्या आपको ऐसी ड्रेसेस पहनना पसंद है लेकिन आपको समझ नहीं आता कि इसके नीचे क्या पहनना होता है और निपल टेप्स आपके लिए बहुत अनकंफर्टेबल है तो आप ये इनविजिबल सिलिकॉन स्टिक ऑन ब्रा यूज कर सकते हो एक तरफ से पील करके आपको बस इसे स्टिक करना है उसके अंदर ये जो स्ट्रिंग्स है ना इससे आप एडजस्ट भी कर सकते हो तो बहुत कंफर्टेबल रहती है ये और इसके अंदर कोई भी चीप ग्लू नहीं है जो चिपचिप लगेगा और ये पूरा दिन भी स्टे करता है मैंने सिमिलर प्रोडक्ट्स टैग कर दिए हैं सो डू चेक इट आउट ਕਹਿੰਦੀ ਵੀ ਇੱਕ ਮਿੰਟ ਵੀਰ ਕੱਟ ਦਾਂਗੇ ਚੱਲ ਆਪਾਂ ਨਹੀਂ ਨਾਲੀ ਲਾ ਲਈਏ ਮੈਕ ਦੇਸੀ ਜੇ ਲਿਆਂਦੇ ਨੇ ਜਿੰਨਾ ਕੁ ਬਜਟ ਸੀ ਭਰਾਓ ਗੁੱਸਾ ਨਾ ਕਰਿਆ ਜੇ ਇੱਥੇ ਕਰੇ ਕਿਵੇਂ ਲਾਉਂਦੇ ਨੇ ਮੈਂ ਤਾਂ ਲਾਉਣਾ ਹੀ ਨਹੀਂ ਆਉਂਦਾ ਇਹ ਤੂੰ ਐਂ ਫਿੱਟ ਹੋ ਗਿਆ ਹਾਂਜੀ ਇਸ ਤੇ ਪਹਿਲਾਂ ਕਲੈਪਿੰਗ ਹੋਣੀ ਚਾਹੀਦੀ ਹੈ ਬੜੀ ਜ਼ੋਰਦਾਰ ਕਲੈਪਿੰਗ ਹੋਣੀ ਚਾਹੀਦੀ ਇਸ ਨੇ ਜਿਹੜਾ ਆਪਦਾ ਉਠਾਇਆ ਨਾ ਆਉਂਦਾ ਔਰ ਇਸ ਕੇ ਅੰਦਰ ਕੋਈ ਵੀ ਚੀਪ ਗਲੂ ਨਹੀਂ ਹੈ ਜੋ ਚਿਪ ਚਿਪ ਲਗੇਗਾ ਔਰ ਇਹ ਪੂਰਾ ਦਿਨ ਵੀ ਸਟੇ ਕਰਤਾ ਹੈ ਮੈਨੇ ਸਿਮਿਲਰ ਪ੍ਰੋਡਕਟਸ ਟੈਗ ਕਰ ਦਿਏ ਸੋ ਚੈੱਕ ਇਟ ਆਊਟ ਪੈਂਚ ਨਖਰਾ ਕਰਕੇ ਉਖਾ ਤਾਂ ਚਿਪ ਚਿਪ ਲਗੇਗਾ ਚਿਪ ਚਿਪ ਮਤਲਬ ਕਿ ਤੈਨੂੰ ਪਤਾ ਹੈ ਵੀ ਇਹ ਜਿਹੜੀ ਮਾਨਕ ਚੱਲ ਜੇ ਤੂੰ ਇਹ ਚੀਜ਼ ਛਿੱਕੀ ਨਾ ਪਾਈ ਚਿਪ ਚਿਪ ਲੱਗਦੀ ਹੈ ਮਤਲਬ ਕਿ ਤੇਰੀ ਕੱਛ ਅਤੇ ਤੇਰੀ ਆਹ ਚੀਜ਼ ਬੜਕਦੀ ਹੈ ਪਸੀਨਾ ਆਉਂਦਾ ਹੈ ਵਾੜ ਪੈਂਦੀ ਹੈ ਠੀਕ ਹੈ ਅਤੇ ਮੁਸ਼ਕ ਤਾਂ ਫਿਰ ਆਉਣਾ ਹੀ ਆਉਣਾ ਕੋਈ ਸ਼ੱਕ ਨਹੀਂ ਇਸ ਬਾਤ ਪਰ ਨੱਲਾ ਸੁਮਕ ਦਿੱਤਾ ਜਾਵੇ ਠੀਕ ਹੈ ਅਬ ਬਾਤ ਕਰਤੇ ਹੈ ਇੱਕ ਔਰ ਨਾ ਮੁਰਾਦ ਔਰ ਕੀਸੀ ਕੀ ਕੀਸੀਆਂ ਤਾਂ ਯਾਰ ਬੜਿਆਂ ਨੇ ਕਰਾਉਣੀਆਂ ਸੀ ਯਾਰ ਪਰ ਹੁਣ ਚਲੋ ਜਿੰਦੀ ਜਿੰਦੀ ਵੀ ਹੋ ਗਈ ਠੀਕ ਹੈ ਅੱਜ ਅਤੇ ਇਹ ਇਹਨੇ ਹੁਣ ਇਹ ਜਨਾਨੀ ਨਾ ਵੇਖ ਲਓ ਹੁਣ ਕਹਿੰਦੀ ਬਰਾ ਦੇ ਦਿੰਦੀ ਵੀ ਤੂੰ ਵੀ ਸਾਡੀਆਂ ਯਾਰ ਜਿਹੜੇ ਕੁੜੀਆਂ ਯਾਰ ਆਪਣੀ ਪੰਜਾਬ ਦੇ ਮੁੰਡੇ ਪੰਜਾਬ ਦੇ ਵੀਰੋ ਆਪਣੀ ਕੁੜੀਆਂ ਨੂੰ ਮੋਬਾਈਲ ਨਾ ਫੜਾਇਆ ਕਰੋ ਛੋਟੀਆਂ ਜਿਹੜੀਆਂ ਟੀਨੇਜ ਕੁੜੀਆਂ ਨੇ ਇਹ ਬੜਾ ਮਾੜਾ ਪ੍ਰਭਾਵ ਪੈਂਦਾ ਉਹਨਾਂ 'ਤੇ ਅਤੇ ਆਪਣੇ ਯਾਰ ਕਿਉਂ IPS IPS ਦੀ ਕਮੀ ਰਹਿ ਗਈ ਹੁਣ ਇੱਥੇ ਆ ਸਾਰੀਆਂ ਤਾਂ ਚਵਲਾਂ ਇੰਸਟਾਗ੍ਰਾਮ 'ਤੇ ਇਕੱਠੀਆਂ ਹੋ ਕੇ ਅਤੇ ਪਹਿਲਾਂ ਇਹਨਾਂ ਨੇ ਬਾਹਰ ਵਾਲੀ ਨੇ ਗੰਦ ਪਾਇਆ ਦਿੱਲੀ ਵਾਲੀਆਂ ਨੇ ਅਤੇ ਹੁਣ ਪੰਜਾਬ ਵਾਲਿਆਂ ਨੂੰ ਕੱਛੀਆਂ ਪਾਉਣ 'ਤੇ ਮਜਬੂਰ ਕੀਤੀ ਖੜੀਆਂ ਨੇ ਕੱਛੀਆਂ ਪਾਉਣ 'ਤੇ ਭੈਣ ਚੋਦ ਗੁੱਸਾ ਚੜ੍ਹਦਾ ਫਿਰ ਕਹਿੰਦੇ ਨੇ ਕੁਆਟਰਾਂ ਨਾਲ ਗਾਲਾਂ ਕੱਢਦਾ ਹੋਰ ਕੀ ਕੱਢੇ ਯੱਦੀ ਪੁਸ਼ਤੀ ਯੱਦੀ ਨਾਤੀ ਇੰਦੀ ਬੱਗਣ ਨਾ ਹੋਵੇ ਤਾਂ ਇੱਕ ਮਿੰਟ ਰੁਕ ਜਾ ਤੁਹਾਨੂੰ ਇੰਦੀ ਬੱਗਣ ਇੱਕ ਹੋਰ ਵਿਖਾਉਣਾ ਰੁਕ ਜਾਓ ਅਤੇ ਇੱਕ ਇੰਦੀ ਬੱਗਣ ਆ ਏ ਠੀਕ ਹੈ ਇੱਕ ਇੰਦੀ ਬੱਗਣ ਦੀ ਹੋਰ ਵੀਡੀਓ ਚੱਲਦੀ ਹੈ ਹੁਣ ਦੂਜੇ ਨੰਬਰ 'ਤੇ
ਆਈ ਬਗਣ। अरे यार इसमें तो मेरी ब्रा लाइन विजिबल हो रही है। एक काम करती हूँ, किसी भी ब्रा के ऊपर स्पेगेटी टॉप पहन लेती हूँ और फिर टी शर्ट पहनती हूँ, इससे मेरी जो ब्रा लाइंस है ना वो इनविजिबल हो जाएंगी, क्योंकि स्पेगेटी आपकी ब्रा को एकदम आपकी बॉडी से चिपका देता है, जिसकी वजह से वो ब्रा लाइंस विजिबल नहीं होती, और फिर अगर आप टी शर्ट पहनते हो तो आपका लुक बहुत ही ज्यादा सीमलेस दिखता है। ਪਹਿਲਾਂ ਤਾਂ ਗੱਲ ਏ ਛੋਟੀ ਬੱਚੀ ਏ, ਤੂੰ ਮੈਂ ਤੈਨੂੰ ਬੱਚੀ ਕਵਾਂਗਾ, ਕਿਉਂਕਿ ਅੱਗੇ ਵੀ ਮੈਂ ਕਈ ਵਾਰ ਦੱਸ ਚੁੱਕਿਆ ਕਿ ਮੇਰਾ ਵਿਆਹ ਆਇਆ ਹੁੰਦਾ ਤਾਂ ਤੇਰੀ ਜਿੱਡੀ ਮੇਰੀ ਫਿਰ ਤੂੰ ਵੱਡੀ ਹੋਣੀ ਸੀ ਗੁੱਡੀ। ਬੱਚੀਏ ਤੂੰ ਤੂੰ ਤਾਂ ਖਰਾਬ ਹੋ ਚੁੱਕੀ, ਤੂੰ ਹੋਰ ਹੋਰਨਾਂ ਨੂੰ ਖਰਾਬ ਕਰਨ ਦੀ ਗੱਲ ਛੱਡ, ਤੂੰ ਤਾਂ ਖਰਾਬ ਹੋ ਚੁੱਕੀ ਪਹਿਲੇ ਨੰਬਰ ਤਾਂ, ਠੀਕ ਏ, ਤੂੰ ਤਾਂ ਹੋ ਚੁੱਕੀ ਖਰਾਬ, ਤੇਰਾ ਤਾਂ ਹੋ ਗਿਆ ਮੱਛੀ ਕੰਡਾ, ਮੱਛੀ ਕੰਡਾ ਤੇਰਾ ਹੋ ਚੁੱਕਿਆ। ਤੇ ਹੁਣ ਤੂੰ ਕੀ ਸਲਾਹ ਦਿੰਦੀ ਪਈ ਏ ਵੀ ਮੇਰੀ ਜਿਹੜੀ ਬਰਾ ਦੀ ਨਾ ਇਹ ਦਿਸਦੀ ਨਾ ਬਰਾ ਮਤਲਬ ਸਪੈਕਟੀ ਖਰਕੀ ਹੁੰਦੀ ਏ ਵੀ ਤਨੀ ਮਤਲਬ ਦਿਸਦੀ ਏ ਨਾ ਦਿਸੇ ਉਹਦੇ ਲਈ ਆ ਕਰੋ, ਠੀਕ ਏ, ਵੀ ਤੇਰੀ ਬਰਾ ਦਿਸਦੀ ਪਈ ਏ, ਤੂੰ ਬੱਚੀ ਏ ਤੈਨੂੰ ਬਰਾ ਪਾਉਣ ਦੀ ਲੋੜ ਨੀ, ਤੂੰ ਬਣੈਣਾ ਰੂਪਾ ਤੇ ਲੈਕਸ ਦੀ ਬਣੈਣਾ ਆਉਂਦੀਆਂ ਨੇ ਵਧੀਆ ਚੰਗੀਆਂ, ਠੀਕ ਏ, ਉਹ ਪਾਈਆਂ ਕਰ, ਠੀਕ ਏ, ਤੇ ਕੱਛਾਂ ਵਾਸਤੇ ਕੱਛਾਂ ਤੇਰੀ ਥੋੜੀ ਜਿਹੀ ਕਾਲੀਆਂ ਨੇ, ਕੱਛਾਂ ਵਾਸਤੇ ਮੇਰੇ ਖਿਆਲ ਚ ਆਉਂਦਾ ਇੱਕ ਨਿੰਬੂ ਦਾ ਰਸ ਲੈ, ਸ਼ਹਿਦ ਲੈ ਤੇ ਦੋ ਤਿੰਨ ਚੀਜ਼ਾਂ ਹੋਰ ਮਿਕਸ ਕਰ, ਉਹਨੂੰ ਕੱਛਾਂ ਦੇ ਵਿੱਚ ਤਿੰਨ ਟਾਈਮ ਲਾਇਆ ਕਰ, ਤੇ ਇਹ ਵੀ ਤੇਰੀ ਪ੍ਰੋਬਲਮ ਦੂਰ ਹੋ ਜਾਵੇ ਗਿੱਲੇਪਣ ਵਾਲੀ ਵੀ। ਤੇ ਤੇਰੇ ਚੁੱਥੜ ਮੈਂ ਤਾਂ ਨਹੀਂ ਕੁੱਟ ਸਕਦਾ ਕਿਉਂਕਿ ਆਈ ਨੋ ਲੋ ਯੂਅਰ ਚੁੱਥੜ, ਯੂ ਆਰ ਗਰਲ ਲਿਟਲ ਅੰਡਰ 18, ਠੀਕ ਏ, ਤੂੰ ਨਿੱਕੇ ਜਵਾਕਾਂ ਨੂੰ ਖਰਾਬ ਕਰਨ ਦਾ ਬੜਾ ਵੱਡਾ ਸਾਧਨ ਬਣ ਚੁੱਕੀ ਹੁਣ ਤੂੰ, ਕੰਬਲੀਏ ਤੂੰ ਵੀਡੀਓ ਪਾ, ਮਾਰੇ ਦੇਸ਼ ਮੈਂ ਐਸੇ ਕਲਚਰ ਮਾਰੇ ਦੇਸ਼ ਕਾ ਮਾਰੀ ਸੰਸਕ੍ਰਿਤੀ ਕਾ ਮਾਰੇ ਕੁਛ ਵੀ ਬਤਾਓ, ਰੇਪਸ ਹੋ ਰਹੇ ਹੈ, ਹੋਰ ਧਾਰਮਿਕ ਮੁੱਦੇ ਤੋਂ ਛੋੜੋ, ਚਲੋ ਹੋਰ ਕੋਈ ਮੁੱਦੇ ਹੈ ਧਰਮ ਪਰ ਹਮ ਨਹੀਂ ਜਾਤੇ, ਲੇਕਿਨ ਆਪ ਚਿਪਕਾ ਕੇ ਇਹ ਲੋਕ ਖੱਟਾ ਪਾਇਆ ਉੱਪਰ ਦੂਸਰਾ ਟੋਪ, ਔਰ ਬਸ ਅਗਰ ਤੂੰ ਖੱਟਾ ਟੋਪ ਉੱਪਰ ਪਾ ਲਿਆ, ਖੱਟਾ ਮਤਲਬ ਪੀ ਲਾ, ਤੇ ਇਸੇ ਤੇਰੀ ਕੱਚ ਖੱਟੀ ਜੋ ਹੋ ਗਈ ਅੰਦਰ ਸੇ, ਉਸਕਾ ਕਿਆ ਫਿਰ, ਇਹ ਨਾਮ ਰਾਤ ਬਿਮਾਰੀਆਂ ਨੇ, ਇੱਕ ਹੋਰ ਨਾਮ ਰਾਤ ਬਿਮਾਰੀ ਹੁਣ ਤੁਹਾਨੂੰ ਇਹ ਲੱਗੇ ਹੱਥ ਵਿਖਾ ਹੀ ਦਿੰਦਾ ਇੱਕ ਮਿੰਟ। ਹੁਣ ਗੱਲ ਕਰਦੇ ਹਾਂ ਆਪਾਂ ਜਿਹੜੀਆਂ ਕੁੜੀਆਂ ਜਿੰਮ 'ਚ ਜਾਂਦੀਆਂ ਨੇ, ਠੀਕ ਹੈ, ਜਿਨ੍ਹਾਂ ਦਾ ਮਕਸਦ ਹੀ ਸਿਰਫ ਇੱਕ ਇੰਝ ਹੈ, ਇਹ ਪਹਿਲਾਂ ਬਰਾਵੇਰ ਚੈਲੰਜ ਹੈ, ਆਹ ਵੇਖ ਆਹ ਬਰਾਵੇਰ ਚੈਲੰਜ, ਆਹ ਵੇਖੋ ਇਹਦੀ ਛੋਟੀ ਵੀਡੀਓ ਪਾਵਾਂਗੇ, ਆਹ ਵੇਖੋ। Hey guys, hey guys, by inviting me to join. This is my kusi guys. So, this is my chutti guys. I'm going to wear this, is my bikini guys with my favorite bodysuit. Acha, bikini paali thi. Wow. Teri to ek minute mark tai chahiye, ek minute endi main mark tai kar lunga. They have my favorite color. So, this is my final look. ਤੈਨੂੰ ਪਤਾ ਕੀ ਚਾਹੀਦਾ, ਇਹ ਕੁੜੀ ਨੂੰ ਪਤਾ ਕੀ ਚਾਹੀਦਾ, ਤਾਰ ਲਾ ਦੇਣਾ ਇਧਰ ਉਧਰ ਲਾ ਦੇਣਾ, ਜਿਹੜੀ ਇਹਨੇ ਵਿਖਾਈ ਨਾ ਥੱਲੇ ਬਿਕਣੀ ਪਾ ਕੇ ਥੱਲੂ ਇੱਥੋਂ ਲਾ ਕੇ ਨਾ ਆਹ ਚੀਜ਼, ਠੀਕ ਹੈ, ਤੇ ਜਦੋਂ ਕਰੰਟ ਠੁੱਕਿਆ ਨਾ ਜਿਹੜੀ ਆ ਹੁਣ ਗੈਟ ਰੈਟ ਵਿਦ ਵਿਦ ਮੀ, ਤੇ ਜਦੋਂ ਠੁੱਕਿਆ ਨਾ ਕਰੰਟ ਇਹਨੂੰ ਇਹ ਚੀਜ਼ ਚਾਹੀਦੀ, ਭੈਣ ਚੋਦਾਂ ਨੀ ਭੈਣ ਚੋਦ ਗੰਦ ਪਾ ਕੇ ਰੱਖਿਆ ਹੋਇਆ ਹੈ ਇੰਸਟਾਗ੍ਰਾਮ, ਤੁਸੀਂ ਗੁੱਲ ਕਰ ਦਿੱਤਾ ਹੈ, ਠੀਕ ਹੈ, ਅੱਧੇ ਟੈਂਪੂ ਬਣੇ ਜਾਂਦੇ ਅੱਧੇ ਕੀ ਅੱਧੇ ਕੀ, ਤੂੰ ਤਾਂ ਟੈਂਪੂ ਨੂੰ ਲੰਘੀ ਖੜੀ, ਤੈਨੂੰ ਕਰੰਟ ਚਾਹੀਦਾ 440 ਵਾਟ ਨਾਲ ਨੀ ਫਰਕ ਪੈਣਾ, ਤਗੜਾ ਕਰੰਟ ਇਹ ਤਗੜੇ ਕਰੰਟ ਵਾਲੀ ਜਨਾਨੀ ਹੈ, ਤੇ ਆਪਾਂ ਇੱਕ ਸਪੈਸ਼ਲ ਦੱਸੋ 440 ਵਾਟ ਵਾਲੀਆਂ ਜਿਹੜੀਆਂ ਲੇਡੀਜ਼ ਹੈਗੀਆਂ ਨੇ ਜਿਹੜੀਆਂ ਇੰਸਟਾਗ੍ਰਾਮ ਤੇ ਗੰਦ ਪਾਉਂਦੇ ਨੇ, ਉਹਦੇ ਤੇ ਵੀਡੀਓ ਲੈ ਕੇ ਆਈਏ ਕਿ ਨਾ ਲੈ ਕੇ ਆਈਏ, ਇਹ ਵੀ ਦੱਸਿਓ, ਇਹ 440 ਵਾਟ ਵਾਲਾ ਝੜਕਿਆ ਇਹਨੂੰ ਝੜਕਾ ਚਾਹੀਦਾ, ਤਾਰਾਂ
ਬਿਨਾ ਕੀ ਅਰਥ ਹੁੰਦਾ ਹਾਂ ਤੇ ਮੈਨੂੰ ਵੈਸੇ ਕੈਮਿਸਟਰੀ ਇਹ ਲਾਗਤਾਰ ਠੀਕ ਹੈ ਇਹਨੇ ਸਰ ਬਾਕੀ ਨਹੀਂ ਕਰਨਾ ਮੈਨੂੰ ਪਤਾ ਹੈ ਕਲੀਅਰ ਹੋ ਜਾਏਗਾ ਇਸ ਦਾ ਡਾਇਰੈਕਟ ਅਤੇ ਇਹਦਾ ਨਾ ਕੰਮ ਜਿੰਦਾ ਤੱਤ ਚੱਲ ਛੱਡੋ ਯਾਰ ਛੱਡੋ ਨਹੀਂ ਜ਼ਿਆਦਾ ਨਹੀਂ ਰੋਸਟ ਕਰਦੇ ਅਤੇ ਹੁਣ ਇੱਕ ਹੁਣ ਆ ਗਈ ਨਿਊ ਕੈਟਾਗਰੀ ਦਿਸ ਕੈਟਾਗਰੀ ਇਜ਼ ਵੈਰੀ ਇੰਪੋਰਟੈਂਟ ਫੋਰ ਦਿਸ ਵੀਡੀਓ ਰੋਸਟ ਵੀਡੀਓ ਇਹ ਵੇਖੋ ਹੁਣ ਆ ਜਿਮ ਕੁੜੀ ਗਈ ਹੈ ਕੀ ਵਿਖਾਉਣ ਸਿਰਫ ਤੁਸੀਂ ਆਹ ਦੇਖ ਲੈ ਕੀ ਵਿਖਾਉਣ ਲਈ ਹੁਣ ਆ ਲੈ ਵੀ ਹੋਰ ਨੀ ਕੁਛ ਵਿਖਾਣਾ ਆ ਚੀਜ਼ ਗੰਡ ਇਹਨੂੰ ਕਹਿੰਦੇ ਨੇ ਗੰਡ ਪੰਜਾਬੀ ਚ ਇਹ ਗੰਢ ਤੁਸੀਂ ਜ਼ਰੂਰ ਵਿਖਾਣੀ ਹੈ ਸਾਨੂੰ ਪਤਾ ਤੁਹਾਡੀ ਗੰਢਾਂ ਦਾ ਬਹੁਤ ਬੁਰਾ ਹਾਲ ਹੈ ਕੱਪੜੇ ਤੁਸੀਂ ਪਾ ਲੈਂਦੇ ਡੂਢ ਡੂਢ ਸੌ ਵਾਲੇ ਦਿੱਲੀ ਦੇ ਚਾਂਦਨੀ ਚੌਂਕ 'ਚ ਚੱਕ ਕੇ ਠੀਕ ਹੈ ਡੂਢ ਸੌ ਤੋਂ ਉੱਤੇ ਤੂੰ ਕਦੇ ਆਹ ਜਿਹੜੀ ਛਿੱਕੀ ਪਹਿਲੇ ਵਾਲੀ ਤੁਹਾਡੀ ਵੀਡੀਓ ਖਾਈ ਨਾ ਜਿਹੜੀ ਲਾਲ ਜੀ ਜਿਹੜੀ ਟੋਪ ਪਾਈ ਫਿਰਦੀ ਸੀ ਡੂਢ ਸੌ ਤੋਂ ਬਾਅਦ ਉਹਨੇ ਛਿੱਕੀ ਕੱਪੜਾ ਪਾਇਆ ਨਹੀਂ ਉਹਨਾਂ ਤੇ ਗੱਲਾਂ ਮਾਰਦੀਆਂ ਨੇ ਬ੍ਰਾਂਡਡ ਦੀਆਂ ਇਹ ਦਿਸ ਇਜ਼ ਵੈਰੀ ਮੈਂ ਇੰਗਲਿਸ਼ ਤਾਂ ਬੋਲਦਾ ਕਿਉਂਕਿ ਤੁਹਾਨੂੰ ਵੀ ਮਜ਼ਾ ਆਏ ਮੇਰੀ ਇੰਗਲਿਸ਼ ਜਿੰਨੀ ਹੈਗੀ ਹੈ ਤੁਹਾਨੂੰ ਪਤਾ ਆਈ ਐਮ ਬਿਲੋਂਗ ਟੂ ਬਾਰਡਰ ਪੱਟੀ ਤੁਹਾਨੂੰ ਪਤਾ ਬਾਰਡਰ ਵਾਲੇ ਹੁੰਦੇ ਕਿਹੋ ਜਿਹੇ ਨੇ ਭਾਊ ਮੇਰੀ ਗੱਲ ਸੁਣ ਭਾਊ ਦੋ ਤਰ੍ਹਾਂ ਦੇ ਹੁੰਦੇ ਨੇ ਭਾਊ ਇੱਕ ਮਾਝੇ ਵਾਲੇ ਇੱਕ ਬਾਰਡਰ ਵਾਲੇ ਇਹ ਬਾਰਡਰ ਵਾਲੇ ਭਾਊ ਉਹਨਾਂ ਦੀ ਕਿਸਮ ਹੋਰ ਹੈ ਮਾਝੇ ਵਾਲਿਆਂ ਦੀ ਹੋਰ ਹੈ ਇੱਧਰੋਂ ਵਾਲਿਆਂ ਦੀ ਹੋਰ ਹੈ ਕਿਸਮ ਠੀਕ ਹੈ ਇਹ ਭਾਊ ਥੋੜ੍ਹੇ ਜਿਹੇ ਅੜੀਅਲ ਹੁੰਦੇ ਨੇ ਇੱਧਰੋਂ ਵਾਲੇ ਉੱਧਰ ਵਾਲੇ ਭਾਊਆਂ ਦਾ ਵੀ ਬਹੁਤ ਮਾਣ ਕਿੱਸੇ ਨੇ ਪਰ ਇੱਧਰ ਵਾਲੇ ਇੱਧਰਲੇ ਵਾਲੇ ਭਾਊਆਂ ਦੇ ਕਿੱਸੇ ਤੁਹਾਨੂੰ ਸੁਣਾ ਦਿੱਤੇ ਨਾ ਤੁਸੀਂ ਹੈਰਾਨ ਹੋ ਜਾਓਗੇ ਚਲੋ ਛੱਡੋ ਯਾਰ ਅਸੀਂ ਆਹ ਭਾਊ ਨੇ ਇੱਧਰ ਵਾਲੇ ਅਤੇ ਇਹ ਨਾ ਜਿਹੜਾ ਗੰਦ ਪੈ ਰਿਹਾ ਨਾ ਠੀਕ ਹੈ ਮੈਂ ਕਹਿੰਦਾ ਯਾਰ ਇੱਕ ਰਿਕੁਐਸਟ ਹੈ ਠੀਕ ਹੈ ਤੁਸੀਂ ਨਾ ਪੰਜਾਬ ਦੇ ਮੁੱਦਿਆਂ 'ਤੇ ਬੋਲੋ ਪੰਜਾਬ 'ਤੇ ਸੋਰੀ ਪੰਜਾਬ ਦੇ ਇੰਡੀਆ ਪੰਜਾਬ ਚੱਲ ਇੰਡੀਆ ਪੰਜਾਬ ਇੱਕੋ ਹੀ ਹੈ ਆਪਣਾ ਵੀ ਆਪਣੇ ਭਾਰਤ ਦੇ ਵਿੱਚ ਕਿੰਨੀਆਂ ਤੁਸੀਂ ਜਿੰਨੇ ਤੁਹਾਡੇ ਫੋਲੋਅਰਸ ਨੇ ਤੁਸੀਂ ਯਾਰ ਉਹਨਾਂ ਨੂੰ ਕਹੋ ਮਤਲਬ ਚੰਗੀ ਸਿੱਖਿਆ ਦਿਓ ਕੋਈ ਯਾਰ ਐਜੂਕੇਸ਼ਨ ਵੱਲ ਤੋਰੋ ਕੋਈ ਕੋਈ ਐਨ ਜੀ ਓ ਖੋਲ੍ਹ ਲਓ ਗਰੀਬਾਂ ਦੀ ਹੈਲਪ ਵਾਸਤੇ ਤੁਹਾਡੇ ਇੰਨੇ ਫੋਲੋਅਰਸ ਨੇ ਡੋਨੇਸ਼ਨ ਆਏ ਕਰੇਗੀ ਕੋਈ ਫੰਡ ਆਏ ਕਰੇਗੀ ਉਹਨਾਂ ਨੂੰ ਕਿਸੇ ਗਰੀਬਾਂ 'ਤੇ ਲਾਓ ਇਹ ਥੋੜ੍ਹਾ ਹੁਣ ਵਿਕਣੀ ਪਾਲੀ ਸਾਲੀ ਤੁਹਾਡੇ ਪਿਓ ਕੀ ਸੋਚਦੇ ਹੋਣੇ ਨੇ ਵੀ ਸਾਡੀਆਂ ਧੀਆਂ ਕੀ ਯਾਰ ਕੀ ਅਸੀਂ ਕਿਹੜੇ ਜੰਤੂ ਉਹ ਤਾਂ ਸੋਚਦੇ ਹੋਣੇ ਨੇ ਵੀ ਉਹਨਾਂ ਦੇ ਜ਼ਮਾਨੇ ਦੇ ਨੇ ਸਾਡੇ ਏਰੀਏ 'ਚ ਬਈ ਅਜੇ ਗੰਦ ਨਹੀਂ ਪਿਆ ਇੰਨਾ ਬਾਈ ਕੋਈ ਚੈਲੰਜ ਨਹੀਂ ਕਰ ਸਕਦਾ ਸਾਡੇ ਏਰੀਏ ਨੂੰ ਗੈਟ ਰੈਡੀ ਵਿਦ ਮੀ ਵਾਲੀਆਂ ਆਉਣੀਆਂ ਨੇ ਪਰ ਉਹ ਜਲਾਲਾਬਾਦ ਸਾਡੇ ਏਰੀਏ ਤੋਂ ਫਾਜ਼ਿਲਕਾ ਡਿਸਟ੍ਰਿਕਟ ਤੋਂ ਚੰਡੀਗੜ੍ਹ ਨੂੰ ਭੱਜ ਕੇ ਕਰਦੀਆਂ ਹੋਣੀਆਂ ਨੇ ਇੰਸਟਾਗ੍ਰਾਮ ਰੀਲਾਂ ਬਣਾ ਕੇ ਉਹ ਵੀ ਐਡੀਆਂ ਵੀ ਨਹੀਂ ਘਟੀਆਂ ਹੋਣੀਆਂ ਕੀ ਹੈ ਜੀ ਬਣਾ ਕੇ ਵੀ ਰੀਲਾਂ ਬਣਾਉਂਦੀਆਂ ਨੇ ਉਂਝ ਜਿਵੇਂ ਮਾੜਾ ਮੋਟਾ ਇਹ ਨਹੀਂ ਕਿ ਗੈਟ ਰੈਡੀ ਵਿਦ ਮੀ ਠੀਕ ਹੈ ਸਾਰਾ ਲਾ ਕੇ ਠੀਕ ਤਿਆਰ ਹੋਣਾ ਕੈਮਰੇ ਸਾਹਮਣੇ ਯਾਰ ਗੈਟ ਰੈਡੀ ਵਿਦ ਮੀ ਸਾਰਾ ਕੁਛ ਵਿਖਾ ਤਾ ਫਿਰ ਕੈਮਰਾ ਲੈ ਕੇ ਜਿੱਥੇ ਤੁਹਾਡਾ ਦਿਲ ਘਰੇ ਵੜ ਜਾਂਦੀਆਂ ਜੀ ਠੀਕ ਹੈ ਅਤੇ ਫਿਰ ਭਾਊ ਐਨਕ ਲਾ ਲਵੇ ਯਾਰ ਭਾਊ ਐਨਕ ਤੋਂ ਬਿਨਾਂ ਐਂਡ ਕਰਨ ਲੱਗਿਆ ਵੀਡੀਓ ਦਾ ਭਾਊ ਐਨਕ ਤੋਂ ਬਿਨਾਂ ਚੰਗਾ ਵੀ ਨਹੀਂ ਲੱਗਦਾ ਅਤੇ ਇਹ ਗੈਟ ਰੈਡੀ ਵਿਦ ਮੀ ਇੰਨਾ ਲਈ ਖੜਾ ਹੈ ਨਾ ਅਤੇ ਇਹ ਇੰਸਟਾਗ੍ਰਾਮ ਵਾਲੇ ਬਰਾ ਵੇਅਰ ਚੈਲੰਜ ਜਿਹੜਾ ਹੈਗਾ ਇੱਕ ਉਤੋਂ ਹੋਰ ਵੀਡੀਓ ਦੀ ਡਬਲ ਦੂਜਾ ਪਾਰਟ ਆਵੇਗਾ ਇਹ ਮੁਸ਼ਕਾ ਚੈਲੰਜ ਐਡਾ ਭੈਣ ਚ ਕੁੜੀਆਂ ਬਰਾ ਪਾ ਕੇ ਵਿਖਾਉਂਦੀਆਂ ਨੇ ਆਹ ਬਰਾ ਲਓ ਕਲੀਵੇਜ ਯਾਰ ਕਲੀਵੇਜ ਵਰਲਡ ਪਤਾ ਹੀ ਕੀ ਸਿੱਧੀ ਗੱਲ ਦੱਸਾਂ ਇਹ ਨਾ ਤੁਹਾਨੂੰ ਦੱਸਣ ਦਾ ਕਲੀਵੇਜ ਵਰਲਡ ਹੁੰਦਾ ਚੀਰ ਜਿਹਨੂੰ ਆਪਾਂ ਖੁੱਡ ਕਹਿ ਦਿੰਦੇ ਹਾਂ ਪੰਜਾਬੀ 'ਚ ਖੁੱਡ ਠੀਕ ਹੈ ਆ ਵੀ ਜਿਵੇਂ ਕਿ ਕਈ ਵਾਰ ਕੋਈ ਮੈਂ ਕਿਸੇ ਨੂੰ ਡੀਫੇਮ ਵੀ ਨਹੀਂ ਕਰ ਰਿਹਾ ਕਈ ਵਾਰ ਕੋਈ ਕੁੜੀ ਦੀ ਵੀਡੀਓ ਆਪਾਂ ਵੇਖੀ ਦਾ ਵੀ ਥੋੜ੍ਹਾ ਜਿਹਾ ਖੁੱਡ ਜੀ ਦਿਸ ਰਹੀ ਹੁੰਦੀ ਚੀਰ ਠੀਕ ਹੈ ਇਹ ਹੈਗਾ ਪ੍ਰੋਗਰਾਮ ਦਾ ਨਾਮ ਮਾਰਕਟਾਈ ਤਾਂ ਥੋੜ੍ਹਾ ਬਹੁਤ ਇੰਨਾ 'ਚ ਚੀਜ਼ਾਂ ਚੱਲਦੀਆਂ ਨੇ ਇਹ ਮਾਰਕਟਾਈ ਦੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜਾ
ਆਪਾਂ ਜਿੰਦੀ ਗੱਲ ਕਰਦੇ ਹਾਂ ਚੀਰ ਦੀ ਖੁੱਡ ਦੀ, ਇਹਨੂੰ ਸੱਦੀਆਂ ਨੇ ਕਲੀਵੇਜ, ਕਹਿੰਦੇ ਨੇ ਵੀ ਕਲੀਵੇਜ ਅਗਰ ਦਿਖਾਉਣਾ ਹੈ ਤਾਂ ਜੇ ਬਰਾ ਪਹਿਨੋ, ਉਹ ਤੁਹਾਨੂੰ ਵੀਡੀਓ ਅਗਲੀ ਵਾਰ ਰੁਸਟ ਆਵੇਗੀ। ਜੇ ਕਲੀਵੇਜ ਨਹੀਂ ਦਿਖਾਉਣਾ ਤਾਂ ਆਹ ਕਰੋ, ਅਗਰ ਕਲੀਵੇਜ ਥੋੜ੍ਹਾ ਸਾ ਇੰਨੇ ਡਿਗਰੀ ਦਿਸੇ ਤੇ ਅਸੀਂ ਸਿੱਧੀ ਤਰ੍ਹਾਂ ਕੋ ਯਾਰ ਕੀ ਕਹਿੰਦੇ ਨੇ ਮੱਛੀ ਕੰਡਾ ਕਰਾਉਣਾ ਕਿ ਨਹੀਂ ਕਰਾਉਣਾ, ਠੀਕ ਹੈ ਮੱਛੀ ਕੰਡਾ ਕਰਾਉਣਾ ਤਾਂ ਵੀ ਐਵੇਂ ਦੀ ਬਰਾ ਮਤਲਬ ਪਾ ਕੇ ਜਾਓ, ਠੀਕ ਹੈ ਮੱਛੀ ਕੰਡਾ ਸੁੱਖ ਹੈ, ਠੀਕ ਹੈ ਅਤੇ ਜੇ ਨਹੀਂ ਮੱਛੀ ਕੰਡਾ ਕਰਾਉਣਾ ਤਾਂ ਬਰਾ ਥੋੜ੍ਹੀ ਤੈੜ ਪਾ ਲਓ। ਕਲੀਵੇਜ ਦਾ ਕੀ ਵਿੱਚ ਰੋਲ ਹੈ, ਚੀਰ ਦਾ ਕੀ ਰੋਲ ਹੈ, ਸਿੱਧੀ ਤਰ੍ਹਾਂ ਤੁਸੀਂ ਇਹ ਯਾਰ ਛੱਡੋ ਯਾਰ ਇਹਨਾਂ ਰੋਸਟ, ਬਾਕੀ ਟਾਈਮ ਨਹੀਂ ਮੇਰੇ ਕੋਲ, ਟਾਈਮ ਦੀ ਕਮੀ ਹੈ, ਰੋਸਟ ਆਵੇਗੀ ਵੀਡੀਓ ਇੱਕ ਜ਼ਬਰਦਸਤ ਐਡੀਟਿੰਗ ਦਾ ਵੱਲ ਹੌਲੀ ਹੌਲੀ ਆਉਂਦਾ ਪਿਆ ਅਤੇ ਇਹ ਖਾਤਮਾ ਕਰਦੇ ਹਾਂ। ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸ਼ੇਅਰ ਲਾਈਕ ਅਤੇ ਸਬਸਕ੍ਰਾਈਬ ਕਰੋ। ਬ੍ਰੈਂਡਡ ਰਾਏ ਫੇਸਬੁੱਕ ਪੇਜ, ਠੀਕ ਹੈ ਸੁੱਖ ਸਿੰਘ, ਠੀਕ ਹੈ ਅਤੇ ਸਪੋਰਟ ਕਰੋ ਭਰਾ ਦੀ। ਲਵ ਯੂ ਟੂ ਆਲ, ਮਿਸ ਯੂ।